Krishna. Shri Vaheguru Sahib Ji. Jis milya man hoye anand. सो सतगुर कहिए विछड़िया मिले प्रभु हर दरगह का बसीट हर नमो मंत्र दृढ़ाएंदा कटे हौ मैं रोग नानक सतगुर तिना मिलाया जिन्ना तुरे पया संजोग नानक सतगुर तिना मिलाया जिन्ना तुरे पया संजोग पहरों महला पंजवा चीत आवे ता महा आनंद चीत आवे ता सब दुख भंज चीत आवे ता श्रद्धा पूरी चीत आवे ता कबहे ना चूरी अंतर राम राय प्रगटे आए गुरपुरे दियो रंग लाए रहाओ चीत आवे ता सर्ब को राजा चीत आवे ता पूरे काजा चीत आवे ता रंग गुलाल चीत आवे ता सदा निहाल चीत आवे ता सद धनवंता चीत आवे ता सद निभरंता चीत आवे ता सब रंग माने चीत आवे ता चूकी काने चीत आवे ता सहज कर पाया चीत आवे ता सुन समाया बाप हमारा चीत आवे सद कीर्तन करता मन मानिया नानक भगवंता चीत आवे
सद कीर्तन करता मन मनिया नानक भगवंता वाहे गुरु जी का खालसा वाहे गुरु जी की फतेह। पैरों राग अंदर गुरु अर्जन देव पातशाह जी दे पावन बचन इस शब्द दे विचार सरवण करवा रहे हैं ज्ञानी जोगिंदर सिंह जी ग्रंथी गुरद्वारा मोती बाग साहिब। आओ बड़े प्यार अदब पह भावनी दे नाल सतगुरु जी दे पावन बचना दी विचार सरवण करिए जी। वाहेगुरु जी का खालसा वाहेगुरु जी की फतेह। एक ओंकार सतनाम कर्ता पुरख निरपो निर्वैर अकाल मूरत अजूनी सैभं गुर प्रसाद तेरे कवन कवन गुण कह कह गावा तू साहिब गुणी निदाना तुमरी महिमा बरन ना सको तू ठाकुर ऊच भगवाना कोट पराध हमारे खंडो अनेक विधि समझावो हम अज्ञान अल्प मत थोरी तुम अपन बिरद रखावो तुमरी शरण तुम्हारी आशा तुम ही सजन सुहेले रखो रखन हार दयाला नानक करके गोले रखो रखन हार दयाला नानक करके गोले। साहिब सतगुरु शब्द गुरु जगत गुरु कलयुग जहाज शब्द अवतार सर्व सांझीवालता दे प्रतीक चौर शत्र तखत दे मालक
ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸਾਹਿਬਾਂ ਦੇ ਸਨਮੁਖ ਉਚੇਚੇ ਤੌਰ 'ਤੇ ਮੁਬਾਰਕ ਮੁਕੱਦਸ ਅਸਥਾਨ ਅਸ਼ਟਮ ਬਲਬੀਰਾ ਬਾਲਾ ਪ੍ਰੀਤਮ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਇਸ ਸੁਹਾਵਣੇ ਪਾਵਨ ਦਰਬਾਰ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਸਜੇ ਦੀਵਾਨਾਂ ਵਿੱਚ ਜੁੜ ਬੈਠ ਕੇ ਹਜ਼ੂਰੀ ਰਾਗੀ ਸਿੰਘਾਂ ਪਾਸੋਂ ਅੰਮ੍ਰਿਤ ਬਾਣੀ ਆਸਾ ਕੀ ਵਾਰ ਦਾ ਕੀਰਤਨ ਸ਼ਬਦ ਕੀਰਤਨ ਸਰਵਣ ਕਰ ਰਹੇ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਕਰਤੇ ਦੀ ਕਿਰਪਾ ਰਹਿਮਤ ਹੋਈ ਹੈ ਜੋ ਕਿ ਗੁਰੂ ਕੇ ਦਰਬਾਰ ਵਿੱਚ ਜੁੜ ਬੈਠਣ ਦਾ ਸੁਭਾਗ ਬਣਿਆ। ਸਤਿਗੁਰਾਂ ਦੀ ਬਾਣੀ ਦਾ ਇਹ ਬਚਨ ਹੈ, ਜਾ ਕੈ ਮਸਤਕ ਕਰਮ ਪ੍ਰਭ ਪਾਏ, ਸਾਧ ਸ਼ਰਨ ਨਾਨਕ ਤੇ ਆਏ। ਜਿਨ੍ਹਾਂ ਉੱਤੇ ਅਕਾਲ ਪੁਰਖ ਵਾਹਿਗੁਰੂ ਨੇ ਆਪ ਕਿਰਪਾ ਦੀ ਨਜ਼ਰ ਕੀਤੀ ਹੈ, ਉਹ ਵਡਭਾਗੀ ਰੂਹਾਂ, ਉਹ ਵਡਭਾਗੀ ਜਨ ਗੁਰੂ ਦੇ ਦਰਬਾਰ ਵਿੱਚ ਹਾਜ਼ਰ ਹੁੰਦੇ ਹਨ। ਅੰਮ੍ਰਿਤ ਬਾਣੀ ਸੁਣਨ ਅਤੇ ਪੜ੍ਹਨ ਦਾ ਸੁਭਾਗ ਸਮਾਂ ਜੀਵਨ ਵਿੱਚ ਮਿਲਦਾ ਹੈ। ਸੋ ਗੁਰੂ ਦੀ ਕਿਰਪਾ ਅੰਮ੍ਰਿਤ ਬਾਣੀ ਦੇ ਨਾਲ ਜੁੜ ਬੈਠਣ ਦਾ ਸੁਭਾਗ ਬਣਿਆ। ਉਪਰੰਤ ਗੁਰੂ ਘਰ ਦੇ ਵਜ਼ੀਰ ਸਾਹਿਬ ਸਤਿਕਾਰਯੋਗ ਭਾਈ ਗੁਰਮੰਗਤ ਸਿੰਘ ਜੀ ਪਾਸੋਂ ਆਪ ਜੀਆਂ ਨੇ ਜੋ ਲੜੀਵਾਰ ਵਿਚਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਆਰੰਭ ਹੈ, ਅੱਜ ਵਿਚਾਰ ਅਧੀਨ ਆਏ ਅੰਮ੍ਰਿਤ ਬਚਨਾਂ ਦਾ ਮੂਲ ਪਾਠ ਸਰਵਣ ਕੀਤਾ। ਆਓ, ਸਮਾਂ ਗੁਰਬਾਣੀ ਵਿਚਾਰ ਦੈ ਸਤਿਗੁਰਾਂ ਦੇ ਅੰਮ੍ਰਿਤ ਬਚਨਾਂ ਨੂੰ ਵਿਚਾਰ ਰੂਪ ਵਿੱਚ ਸਮਝਣ ਦਾ ਯਤਨ ਕਰੀਏ, ਕਿਉਂਕਿ ਦਰਬਾਰ ਵਿੱਚ ਆਉਣ ਦਾ ਲਾਭ ਵੀ ਤਾਂ ਹੀ ਹੈ ਜਦੋਂ ਅਸੀਂ ਗੁਰੂ ਕੋਲ ਆ ਕੇ ਆਪਣੇ ਗੁਰੂ ਦੇ ਬਚਨਾਂ ਨੂੰ ਸੁਣਦੇ ਹਾਂ, ਪੜ੍ਹਦੇ ਹਾਂ ਅਤੇ ਮੰਨਣ ਦੇ ਰੂਪ ਵਿੱਚ ਇਹਨਾਂ ਨੂੰ ਕਮਾਉਣ ਵਾਸਤੇ ਵਰਤਣ ਲੱਗ ਪੈਂਦੇ ਹਾਂ। ਸਤਿਗੁਰਾਂ ਦੀ ਬਾਣੀ ਦਾ ਫੈਸਲਾ ਗੁਰੂ ਰਾਮਦਾਸ ਜੀ ਦੇ ਬਚਨ। ਸਾਹਿਬ ਕਹਿੰਦੇ ਨੇ, ਵੱਡੇ ਭਾਗ ਹਨ ਭਾਈ ਤੁਸੀਂ ਗੁਰੂ ਦਰਬਾਰ ਆਏ, ਪਰ ਜੇ ਮੁਕੰਮਲ ਆਨੰਦ ਪ੍ਰਾਪਤ ਕਰਨਾ ਹੈ ਤਾਂ ਫਿਰ ਇਹ ਗੱਲ ਵੀ ਪੱਲੇ ਬੰਨਣੀ ਪਏਗੀ। ਗੁਰੂ ਪਿਤਾ ਨੇ ਕਹਿ ਦਿੱਤਾ, ਸੇਵਕ ਸਿੱਖ ਪੂਜਣ ਸਭ ਆਵੈ, ਸਭ ਗਾਵੈ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਤਿਨ ਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਮੁਬਾਰਕ ਹੈ ਆਉਣਾ, ਮੁਬਾਰਕ ਹੈ ਸੁਣਨਾ, ਮੁਬਾਰਕ ਹੈ ਗਾਉਣਾ, ਪਰ ਜਦੋਂ ਤੱਕ ਇਹ ਕਰਮਾਂ ਵਿੱਚ ਨਹੀਂ ਤਬਦੀਲ ਹੋਇਆ ਤਾਂ ਫਿਰ ਗੁਰੂ ਦੀ ਗੋਦ ਦਾ ਬਹੁਤਾ ਲਾਭ ਨਹੀਂ। ਸੋ ਸਤਿਗੁਰੂ ਕਿਰਪਾ ਕਰਨ, ਆਪਣੀ ਬਾਣੀ ਦੇ ਇਹ ਅੰਮ੍ਰਿਤ ਬਚਨ ਉਪਦੇਸ਼ ਇਹ ਸਾਡੇ ਹਿਰਦਿਆਂ ਵਿੱਚ ਵਸਾ ਦੇਣ। ਆਓ ਗੁਰੂ ਪਿਆਰਿਓ, ਸਾਹਿਬਾਂ ਦੇ ਇਹਨਾਂ ਅੰਮ੍ਰਿਤ ਬਚਨਾਂ ਨਾਲ ਵਿਚਾਰ ਰੂਪ ਜੁੜੀਏ। ਉਸ ਤੋਂ ਪਹਿਲਾਂ ਲਗਾਓ ਹਾਜ਼ਰੀ, ਗੁਰੂ ਫਤਿਹ ਦੀ ਪ੍ਰਵਾਨਗੀ ਬਖਸ਼ੋ, ਕੋਈ ਵੀ ਰਸਨਾ ਵਾਂਝੀ ਨਾ ਰਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਸ਼ਬਦ ਭੈਰੋਂ ਰਾਗ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਮੁਬਾਰਕ ਅੰਗ 1141 ਉੱਤੇ ਸ਼ੁਭਾਇਮਾਨ ਹੈ। ਸ਼ਬਦ ਦਾ ਜਿਹੜਾ ਮੁੱਖ ਵਿਸ਼ਾ, ਰਹਾਓ ਦੇ ਬੰਦ ਵਿੱਚ ਸਤਿਗੁਰੂ ਅਰਜਨ ਦੇ ਪਿਤਾ ਜੀ ਮਿਹਰ ਕਰ ਰਹੇ ਨੇ ਕਿ ਜਿਨ੍ਹਾਂ ਦੇ ਅੰਦਰ ਉਹ ਪਰਮੇਸ਼ਰ ਆ ਕੇ ਵਸ ਗਿਆ ਉਹਨਾਂ ਦੇ ਜੀਵਨ ਅੰਦਰ ਸਦਾ ਹੀ ਫਿਰ ਆਨੰਦ ਬਣਿਆ ਰਹਿੰਦਾ, ਸਦਾ ਹੀ ਖੁਸ਼ੀਆਂ ਰਹਿੰਦੀਆਂ ਅਤੇ ਦੁੱਖਾਂ ਦਾ ਕਲੇਸ਼ਾਂ ਦਾ ਨਾਸ਼ ਹੋ ਜਾਂਦਾ। ਸੋ ਰਹਾਓ ਦਾ ਬੰਧ ਸ਼ਬਦ ਦਾ ਕੇਂਦਰੀ ਭਾਵ ਹੈ। ਪਾਤਸ਼ਾਹ ਮਿਹਰ ਕਰ ਰਹੇ ਨੇ, ਅੰਤਰ ਰਾਮ ਰਾਏ ਪ੍ਰਗਟੇ ਆਏ, ਗੁਰਪੂਰੈ ਦਿਓ ਰੰਗ ਲਾਏ,
रहाओ अंतर राम राय प्रगटे आए। जिन्हां दे हिरदे दे अंदर ओ परमेश्वर वाहिगुरु पातशाह प्रगट हो जांदा है। एक गल भाव शब्द का अंतर थोड़ा जा है। देखो प्रगट होना ते उसनू वसाउणा ये दो वखरियां चीजां हैं। किसी चीज नू वसाना है बाहरों लिया के रखना पड़ेगा। एक चीज नू प्रगट करना है बाणी दे विच बचन पढ़ते हैं सगल बनस्पत मैं बैसंतर सगल दूध मैं किया। साहिब समझांदे ने भी हर लकड़ दे अंदर अग मौजूद है। हर लकड़ विच अग दा वास है। केवल उसनू प्रगट करना है वो तरीका है। उस अग नू प्रगट करन दी जुगत है भी उस अग दे लकड़ दे नेड़े अग दी चिंगारी रखो थोड़ी जी हवा दो ते उस नू पकड़ लैंदी फिर वो बार प्रगट हो जांदी है। दूसरी गल है दुध दे अंदर घिओ मौजूद है मसक्कत नाल प्रगट करना पैंदा है। हर हिरदे दे अंदर ऊच नीच विच गुरुदेव कहिंदे ने जोत समाणी वह है। घट घट माधो जी आ वह मौजूद है हुण उसनू प्रगट करना है। ते प्रगट किवें होएगा गुर पूरे दियो रंग लाए पूरे गुरु दे राही वह प्रगट हुंदा है। पूरे गुरु की बरकत किवें वरतदी है जदों असीं गुरु का हुक्म मन्नदे हां गुरु की आग्या विच चलदे हां गुरु की बख्शिश नू कबूल करना जिस दिन सिख लिया सच जानना वह मालक अंदर ही प्रगट होएगा वह बाहरों लियाण की लोड़ नहीं। हाँ एक गल है जिस दिन वह बाहर निकल जाएगा फिर साडा वजूद कोई नहीं। शरीर जिन्ना मर्जी मजबूत है पर फिर इस नूं लोक मिट्टी कह के बुलाउंदे ने। उस दा अंदर वास उस दी जोत दा टिका उस दी जोत दा अंदर वसेवां इस सब सिस्टम उसे तरह ठीक चलदा है। गल है उस नूं प्रगट करन दी गुरु दे शब्द द्वारा ये जानना जो गुरु तेग बहादुर पिता जी ने बख्शिश कीती है ताहे रे बन खोजन जाई सर्ब निवासी सदा अलेपा तो ही संग समाई। वो तेरे अंदर मौजूद है तू जंगलां विच पहाड़ां विच क्यों लभण तुर पे आ फिर मिलेगा किवें। कहिंदे ने गुरु ए ज्ञान दिंदा है भ्रम दी काई गुरु मिटा दिंदा है वह जाला मिटा देंदा जिस दे कारण सानू अंदर वसदा रब नहीं दिसदा कितों बाहरों नहीं लियाना कि जी गुरुद्वारे जाके ही बाहरों आएगा। हां गुरु द्वारे जाके ज्ञान लैके अपने अंदर दे मलीन होए शीशे नू साफ जरूर करना है ताकि अंदर बैठा प्रीतम दिस पवे। वो जुगत है जन नानक बिन आपा चीनै मिटै ना भ्रम की काई। वो जाला जदों तक नहीं मिटेगा भ्रम दूर नहीं होणगे उदों तक वह प्रगट नहीं हुंदा। इस करके पातशाह जी ने जिक्र किया गुर पूरे दियो रंग लाए पूरे गुरु ने बख्शिश रहमत कीती ते अंतर राम राय प्रगटे आए। अंदर वसदे प्रीतम नू परमेश्वर नू राम राय नू राम राय दा अर्थ है जो सारी कायनात दा मालक है रमिया होया है वह प्रगट हो गया फिर आनंद बन गया रंग लाए आत्मक खेड़ा बन गया क्योंकि फिर ऊहां तो जाइए जो ईहां ना होए। फिर ऐसा खेड़ा बनिया कि उस दी
हाजरी हजूरी प्रगट हो गई जीवन विच, ते ऐसे अमृत बोल उठ गए, जह जह पेखो तह हजूर, दूर कतहु ना जाई रब रया, सरबत में मन सदा ते आई। सो अंतर सो बार अनंत, पहला अंदर है ते बार भी दिसदा है, और जिसनू अंदर ही नहीं दिसिया वह बार भी कितों लभ सकता है। अपने अंतकरण दे विच पहला उसकी जोत नू महसूस करना है। अज दे शब्द विच जो मुख विषय है यही है कि जदों गुरु की बरकत नाल ओ अंदर प्रगट हो गया फिर जीवन आनंदमयी बनता है। फिर बाकी दे जिहड़े चार बंद ने इन्हां विच गुरु अर्जन साहब पातशाह महाराज ने सानू प्रेरणा दिती भी उसदे प्रगट होण नाल जिंदगी कितनी आनंदमयी बनती है। किवें बनती है? देखो, चीत आवै ता महा आनंद, इत्थे चीत आवै अखर नू थोड़ा जा समझिए। एक चेते करना है ते बाबा कबीर साहब ने उस चेते करन दे रूप नू भी बयानिया है। भगत कबीर साहब कहते ने भी कई बारी मनुख रब नू जरूरत वेले चेते करता है। इस गल विच कोई अतकथ नहीं ने भी उसका बोलिया होया बोल झूठा है वह याद करता है, पर उसका याद करन दा ढंग जेड़ा है कबीर साहब कहते काम परे हर सिमरी है। जरूरत पई ते याद कर लिया, बाकी भुल जाता है। कई लोग चलिए रखते ने 40 दिन याद करना, पता नहीं 42वें दिन की हो जाना। सतगुरां दी बाणी दी विचारधारा यह समझाउंदी है भी दिन राती आराधो प्यारे, हर वक्त याद रख। सो चीत आवे दा भाव है हिरदे दे विच उसनू मुकम्मल रूप विच वसेवा, उसका महसूस करदे आ, जान लैना कि मेरा मालिक सदा ही मेरे नाल है। चीत आवै ता महा आनंद। हुण फिर एक सवाल रहाओ विच ते गल समझा दिते कि वो अकाल पुरख गुरु की कृपा द्वारा अंदर प्रगट हुंदा है, ते ए चीत आवै शब्द नू होर गुरु पिता ने बख्शिश करके विस्तार विच खोल दिता है। कहिंदे ने हे मेरे वाहिगुरु, मैं बड़े जतन करदा भी तू किते भुले ना, पर जदों तक तेरी कृपा नहीं बख्शिश नहीं मेरा जतन बेकार है। तुरदे हां गुरद्वारा साहब गुरु नूं मिलण ते माया याद आ जांदी है। गुरु साहब नूं मिलण आए हां, गुरु दे घर आके मंग करनी है, मेरे मन विच मेरे ख्यालों विच मेरे चित विच तेरा ही वास होवे, पर इत्थे पदार्थां दी लिस्ट गिनाण लग पैने आ। दुनिया दे सुख चाहीदे ने, इस दा भाव कि रब सानू याद ते है पर कम वास्ते। चीत आवे दा भाव है कि उसनू कदे नहीं भुलदा, वो असल विच चेते रखण वाला मनुख। उन्हां दी शोभा विच बचन ने जिना सास गिरास ना विसरे हर नामा मन मंत, तन से सेई नानका पूरन सोई संत। इसे करके गुरु साहब ने फिर उन्हां प्यारियां लई बचन कहे ने, सेवक की ओढ़क निभगी प्रीत, जीवत साहिब सेवे ओ अपना चलते रखो चीत। वो कम पैन ते याद नहीं करदे, वो जरूरत पूरी करदे, इस करके शुक्र करदे ने। कोई दुख भी आउंदा तां भी वो इको बचन करदे, दातिया तेरा कोटान कोट शुकर है, जे इस तो वध दुख आ जांदा ते मेरा ते जोर कोई नहीं, तेरी रहमत नाल मैं बचिया होया। चेते करन दे ढंग ने
ਆਪਣੀ ਦੇਖਣ ਦੀ ਸੋਚਣ ਦੀ ਬੋਲਣ ਦੀ ਹਰ ਮਨੁੱਖ ਦੀ ਆਪਣੀ ਬਿਰਤੀ ਹੈ। ਕੋਈ ਇਸ ਨੂੰ ਨਕਾਰਾਤਮਕ ਰੂਪ ਵਿੱਚ ਕਹਿ ਦਿੰਦਾ ਹੈ, ਦਾਤਿਆ ਤੂੰ ਸਾਨੂੰ ਕਿਉਂ ਦੁੱਖ ਦਿੱਤਾ, ਅਤੇ ਇੱਕ ਜਿਹੜਾ ਸਕਾਰਾਤਮਕ ਚੜ੍ਹਦੀ ਕਲਾ ਦਾ ਆਪਣੇ ਅੰਦਰ ਭਾਵ ਰੱਖਦਾ ਹੋਏਗਾ, ਉਹ ਕਹੇਗਾ ਮਾਲਕਾ ਤੇਰਾ ਬੜਾ ਸ਼ੁਕਰ ਹੈ, ਮੇਰਾ ਕੀ ਜ਼ੋਰ ਚੱਲਣਾ ਸੀ, ਜੇ ਮੇਰੀ ਇਸ ਤੋਂ ਜ਼ਿਆਦਾ ਹੋਰ ਸਿਹਤ ਖਰਾਬ ਹੁੰਦੀ ਮੈਨੂੰ ਦੁੱਖ ਆ ਜਾਂਦਾ, ਅਤੇ ਤੇਰੀ ਨਜ਼ਰਾਂ 'ਤੇ ਬਚਿਆ। ਅਸਲ ਵਿੱਚ ਚੇਤੇ ਕਰਨ ਦਾ, ਚਿੱਤ ਵਿੱਚ ਯਾਦ ਆਉਣ ਦਾ, ਚਿੱਤ ਵਿੱਚ ਵਸਣ ਦਾ ਮਤਲਬ ਹੈ ਕਿ ਉਹ ਕਦੇ ਵੀ ਨਹੀਂ ਭੁੱਲਦਾ, ਔਰ ਜਦੋਂ ਹਿਰਦੇ ਵਿੱਚ ਹੈ ਫਿਰ ਉਹ ਅੱਖਾਂ ਤੋਂ ਓਹਲੇ ਨਹੀਂ ਹੁੰਦਾ। ਫਿਰ ਕਰਮ ਸਾਰੇ ਹੀ ਚੰਗੇ ਹੁੰਦੇ ਨੇ, ਜਿਹੜਾ ਵੀ ਕੰਮ ਸਿੱਖ ਕਰਦਾ ਉਸ ਨੂੰ ਆਪਣਾ ਮਾਲਕ ਹਿਰਦੇ ਵਸਦਾ ਯਾਦ ਹੈ, ਇਸ ਕਰਕੇ ਆਨੰਦ ਹੀ ਆਨੰਦ ਹੈ, ਕਿਉਂਕਿ ਉਹ ਮਾੜਾ ਕਰਮ ਕਦੇ ਕਰੇਗਾ ਹੀ ਨਹੀਂ। ਨਿਕਟ ਬੁੱਝੈ ਸੋ ਬੁਰਾ ਕਿਉਂ ਕਰੈ, ਜੇ ਵਾਹਿਗੁਰੂ ਜੀ ਨੂੰ ਰੱਬ ਜੀ ਨੂੰ ਨਜ਼ਦੀਕ ਬੁੱਝਦਾ, ਸਮਝਦਾ, ਜਾਣਦਾ, ਤੇ ਜੇ ਇਹੀ ਗੱਲ ਆ ਗਈ ਵੀ ਕੋਈ ਦੇਖਦਾ ਨਹੀਂ ਦੇਖਦਾ, ਜਿਹੜਾ ਹਿਰਦੇ ਬੈਠਾ ਉਹ ਤੇ ਦੇਖਦਾ ਨਾ, ਚਿੱਤ ਵਿੱਚ ਹੈ, ਤੇ ਫਿਰ ਆਨੰਦ ਹੀ ਆਨੰਦ ਹੈ। ਚੀਤ ਆਵੇ ਤਾਂ ਮਹਾਂ ਆਨੰਦ, ਆਨੰਦ ਵੀ ਮਹਾਂ ਆਨੰਦ। ਇੱਕ ਆਨੰਦ ਹੈ ਥੋੜ੍ਹੀ ਦੇਰ ਦਾ, ਪ੍ਰਸ਼ਾਦਾ ਛਕਦੇ ਹਾਂ ਬੜਾ ਆਨੰਦ ਆਇਆ, ਥੋੜ੍ਹੀ ਦੇਰ ਬਾਅਦ ਫਿਰ ਕਹਿੰਦੇ ਹਾਂ ਜੀ ਭੁੱਖ ਲੱਗੀ ਹੈ, ਇਹ ਥੋੜ੍ਹ ਚਿਰੇ ਆਨੰਦ ਨੇ। ਅਤੇ ਪਾਤਸ਼ਾਹ ਦੀ ਬਾਣੀ ਵਿੱਚ ਸਦੀਵ ਆਨੰਦ ਅਤੇ ਮਹਾਂ ਆਨੰਦ ਬਾਰੇ ਵੀ ਵਚਨ ਹੈ। ਸਾਹਿਬ ਕਹਿੰਦੇ ਅਬਨਾਸੀ ਖੇਮ ਚਾਹੈ ਜੇ ਨਾਨਕ, ਖੇਮ ਦਾ ਅਰਥ ਹੈ ਖੇੜਾ, ਖੁਸ਼ੀ, ਆਨੰਦ, ਚਾਓ, ਤੇ ਅਬਨਾਸੀ ਦਾ ਭਾਵ ਹੈ ਜਿਹੜਾ ਕਦੇ ਨਾਸ਼ ਨਹੀਂ ਹੁੰਦਾ। ਅਬਨਾਸੀ ਖੇਮ ਚਾਹੈ ਜੇ ਨਾਨਕ, ਕਹਿੰਦੇ ਹੇ ਨਾਨਕ ਅਗਰ ਤੂੰ ਅਬਿਨਾਸੀ ਖੇੜਾ ਲੋਚਦੈ, ਭਾਵ ਸਦੀਵ ਆਨੰਦ ਦੀ ਤੇਰੇ ਅੰਦਰ ਇੱਛਾ ਹੈ, ਤੇ ਕੀ ਕਰ, ਸਦਾ ਸਿਮਰ ਨਾਰਾਇਣ, ਤੂੰ ਸਦਾ ਵਾਹਿਗੁਰੂ ਜੀ ਦਾ ਜਾਪ ਕਰ, ਕਦੇ ਦੁੱਖ ਨਹੀਂ ਵਿਆਪੇਗਾ। ਇਤਿਹਾਸ ਵੱਲ ਨਜ਼ਰ ਮਾਰੀਏ, ਪਾਤਸ਼ਾਹ ਜੀ ਨੇ ਸਾਨੂੰ ਬੜੇ ਪਿਆਰ ਨਾਲ ਜਿੱਥੇ ਗੁਰਬਾਣੀ ਦੇ ਰੂਪ ਵਿੱਚ ਇਹ ਉਪਦੇਸ਼ ਦਿੱਤਾ, ਉੱਥੇ ਗੁਰਸਿੱਖਾਂ ਨੇ ਇਸ ਉਪਦੇਸ਼ ਨੂੰ ਜਦੋਂ ਕਮਾਇਆ ਤੇ ਉਹਨਾਂ ਦਾ ਆਨੰਦ ਦੇਖੋ, ਇਹ ਜੀਵਨ ਵਿੱਚ ਚੇਤੇ ਵਿੱਚ ਰਹਿਣ ਕਰਕੇ ਕਿਤਨਾ ਜੀਵਨ ਆਨੰਦਮਈ ਬਣਿਆ। ਉਹਨਾਂ ਸ਼ਹੀਦਾਂ ਨੂੰ ਯਾਦ ਕਰੋ ਜਿਨ੍ਹਾਂ ਦੇ ਬੰਦ ਬੰਦ ਕੱਟੇ ਜਾਂਦੇ ਹੈ, ਜਿਨ੍ਹਾਂ ਦੀ ਖੋਪਰੀ ਲਾਈ ਜਾਂਦੀ ਹੈ, ਜਿਨ੍ਹਾਂ ਨੂੰ ਪਾਣੀ ਵਿੱਚ ਉਬਾਲਿਆ ਜਾਂਦਾ ਹੈ, ਜਿਨ੍ਹਾਂ ਨੂੰ ਚਰਖੜੀਆਂ 'ਤੇ ਚਾੜਿਆ ਜਾਂਦਾ ਹੈ, ਜਿਨ੍ਹਾਂ ਨੂੰ ਜਿਉਂਦੇ ਹੀ ਜੰਡਾਂ ਨਾਲ ਬੰਨ ਸਾੜਿਆ ਜਾਂਦਾ ਹੈ। ਇੱਕੋ ਸਵਾਲ ਸੀ ਉਹਨਾਂ ਨੂੰ, ਤੁਹਾਨੂੰ ਪ੍ਰਾਪਤੀ ਕੀ ਹੁੰਦੀ ਹੈ, ਇਤਨੇ ਕਸ਼ਟ ਸਹਿਣ ਕਰਦੇ ਪਏ ਹੋ, ਤੁਹਾਨੂੰ ਕੀ ਮਿਲ ਰਿਹਾ ਹੈ। ਅਤੇ ਉਹ ਬਾਬਾ ਕਬੀਰ ਦਾ ਬਚਨ ਪੜ੍ਹਦੇ ਸਨ, ਕਰਵਟ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬੇਨਤੀ ਮੇਰੀ, ਹੋ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੋਹ ਕੋ ਕਾਹੇ ਕੋ ਮਾਰੇ। ਕਿਉਂਕਿ ਤੂੰ ਚਿੱਤ ਵਿੱਚ ਹੈ, ਚੇਤੇ ਵਿੱਚ ਹੈ, ਤੇ ਸਦਾ ਅੰਗ ਸੰਗੇ ਪੜ੍ਹਨਾ ਤੇ ਬੜਾ ਸੌਖਾ ਹੈ, ਪਰ ਉਸਨੂੰ ਮਹਿਸੂਸ ਕਰਨਾ ਕਿ ਸਦਾ ਹੀ ਮੇਰੇ ਨਾਲ ਹੈ, ਤੇ ਉਹ ਚਿੱਤ ਵਿੱਚ ਗੁਰੂ ਦੀ ਬਰਕਤ ਨਾਲ ਵਸਦਾ ਹੈ, ਫਿਰ ਇਹ ਖੇੜਾ ਬਣਦਾ ਜਿਸ ਦਾ ਜ਼ਿਕਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਕਰ ਰਹੇ ਨੇ। ਚੀਤ ਆਵੇ ਤਾਂ ਸਭ ਦੁੱਖ ਭੰਜ, ਜਦੋਂ ਉਹ ਚੇਤੇ ਵਿੱਚ ਆ ਗਿਆ, ਜਦੋਂ ਯਾਦ ਵਿੱਚ ਵਸ ਗਿਆ, ਫਿਰ ਸਭ ਦੁੱਖ ਭੰਜ, ਭੰਜ ਦਾ ਅਰਥ ਹੈ ਸਾਰੇ ਦੁੱਖ ਭੰਜਨ ਹੋ ਜਾਂਦੇ ਨੇ, ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ। ਕਈ ਵਾਰੀ ਹੁਕਮਨਾਮੇ ਦੇ ਰੂਪ ਵਿੱਚ ਅਸੀਂ ਗੁਰੂ ਕਾ ਬਚਨ ਪੜ੍ਹਦੇ ਹਾਂ,
ਪਾਤਸ਼ਾਹ ਨੇ ਉੱਥੇ ਜ਼ਿਕਰ ਕੀਤਾ ਵੀ ਦੁੱਖ ਕਿਵੇਂ ਦੂਰ ਹੋਣਗੇ। ਰੱਬ ਨੂੰ ਯਾਦ ਕਰੋ, ਰੱਬ ਨੂੰ ਚੇਤੇ ਵਿੱਚ ਵਸਾਓ, ਹਰ ਵਕਤ ਯਾਦ ਕਰੋ। ਉਹ ਗੁਰੂ ਕਾ ਬਚਨ ਹੈ, ਰਸਨਾ ਗੁਣ ਗੋਪਾਲ ਨਿਧ ਗਾਇਨ, ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਸਗਲੇ ਦੁੱਖ ਪਲਾਇਨ। ਸਾਰੇ ਦੁੱਖ ਦੂਰ ਹੋ ਜਾਂਦੇ ਨੇ ਜਦੋਂ ਰੱਬ ਯਾਦ ਵਿੱਚ ਹੈ, ਚਿੱਤ ਵਿੱਚ ਹੈ, ਚੇਤੇ ਵਿੱਚ ਹੈ। ਉਸਦਾ ਮਤਲਬ ਹੈ ਉਸਨੇ ਸਾਨੂੰ ਆਪਣਾ ਆਸਰਾ ਪਕੜਾ ਦਿੱਤਾ ਹੈ। ਬੜੇ ਸਰਲ ਸ਼ਬਦ ਨੇ, ਪਰਮੇਸ਼ਵਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ, ਆਨੰਦ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ। ਸੰਤੋ ਸੁਖ ਹੋਵਾ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ ਰੱਬ ਰਿਆ ਸਭਨੀ ਜਾਈ। ਉਹ ਸਭਨੀ ਜਾਈ ਸਭ ਜਗ੍ਹਾ ਮੌਜੂਦ ਹੈ, ਉਹ ਅੰਦਰ ਵੀ ਹੈ, ਉਹ ਬਾਹਰ ਵੀ ਹੈ, ਉਹ ਜ਼ਰੇ ਜ਼ਰੇ ਵਿੱਚ ਵਸਿਆ ਹੋਇਆ ਹੈ, ਫਿਰ ਬਰਕਤ ਹੈ। ਤੇ ਜਦੋਂ ਸਦਾ ਵਾਹਿਗੁਰੂ ਯਾਦ ਹੈ ਫਿਰ ਦੁੱਖ ਨੇੜੇ ਨੇ, ਕਿਉਂਕਿ ਦੁੱਖ ਹੈ ਹੀ ਉੱਥੇ ਜਿੱਥੇ ਰੱਬ ਨੇ ਬੋਲ ਖਨ ਮੇਰੇ ਮਾਲਕ ਦੇ, ਤੁਦ ਵਿਸਰੈ ਤਾਂ ਸਭ ਕੋ ਲਾਗੂ। ਲਾਗੂ ਦਾ ਅਰਥ ਹੈ ਵੈਰੀ। ਹੇ ਵਾਹਿਗੁਰੂ, ਜਦੋਂ ਤੂੰ ਭੁੱਲ ਜਾਂਦੇ ਸਾਰੇ ਹੀ ਵੈਰੀ ਹੋ ਜਾਂਦੇ ਨੇ। ਫਿਰ ਚੀਤ ਆਵੇ ਤਾਂ ਸੇਵਾ, ਤੇ ਜੇ ਮੇਰੇ ਵਾਹਿਗੁਰੂ ਜੀ ਤੁਸੀਂ ਮੇਰੇ ਚਿੱਤ ਵਿੱਚ ਆ ਗਏ, ਮੇਰੀ ਯਾਦ ਵਿੱਚੋਂ ਮੈਨੂੰ ਭੁੱਲਦੇ ਨਹੀਂ, ਤੇ ਫਿਰ ਇਹ ਸਾਰੀ ਕਾਇਨਾਤ ਹਰ ਸ਼ੈ, ਇਹ ਸਾਰੀ ਕਾਦਰ ਦੀ ਬਣਾਈ ਕੁਦਰਤ ਕਹਿੰਦੇ ਮੇਰੇ ਆਦਰ ਵਾਸਤੇ ਖੜੀ ਨਜ਼ਰ ਆਉਂਦੀ ਹੈ, ਸੇਵਾ ਵਿੱਚ ਨਜ਼ਰ ਆਉਂਦੀ ਹੈ। ਪਰ ਰੱਬ ਨੂੰ ਹਿਰਦੇ ਵਿੱਚ ਵਸਣਾ, ਦੇਖਣਾ। ਸਤਿਗੁਰੂ ਫਿਰ ਮੇਰ ਕਰ ਰਹੇ ਨੇ, ਚੀਤ ਆਵੇ ਤਾਂ ਸਭ ਦੁੱਖ ਭੰਜ। ਹੁਣ ਦੱਸੋ ਕਿਹੜੀ ਗੁੰਝਲ ਹੈ ਗੁਰਬਾਣੀ ਵਿੱਚ, ਜਿਹੜਾ ਲੋਕ ਸਿਆਣਿਆਂ ਨੂੰ ਪੁੱਛਣ ਤੁਰ ਪੈਂਦੇ ਹੈ, ਸਾਨੂੰ ਦੁੱਖ ਵਿਆਪਦੇ ਹੈ, ਸਾਡੇ ਘਰ ਖੁਸ਼ੀਆਂ ਨਹੀਂ। ਗੁਰੂ ਨੇ ਤਾਂ ਚਾਬੀ ਦਿੱਤੀ ਹੈ ਕਿ ਤੇਰੇ ਘਰ ਵਿੱਚੋਂ ਕਦੇ ਸੁੱਖ ਜਾਣਗੇ ਨਹੀਂ ਤੇ ਕਦੇ ਦੁੱਖ ਆਣਗੇ ਨਹੀਂ, ਅਗਰ ਤੂੰ ਇਸ ਤਰੀਕੇ ਚੱਲਦਾ ਰਵੇਂ। ਤਰੀਕਾ ਬੜਾ ਸੋਹਣਾ ਹੈ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ਨ ਦਾ, ਪੜ੍ਹਨਾ ਬੜਾ ਸੌਖਾ ਹੈ, ਪਰ ਜਦੋਂ ਅਮਲੀ ਰੂਪ ਵਿੱਚ ਆਉਣ ਦੀ ਗੱਲ ਆਉਂਦੀ ਹੈ ਫਿਰ ਸਾਨੂੰ ਦੁੱਖ ਦੁੱਖ ਨਜ਼ਰ ਆਉਂਦੇ ਨੇ, ਤੇ ਦੁੱਖਾਂ ਦਾ ਮੂਲ ਹੈ ਕਿ ਅਸੀਂ ਰੱਬ ਨੂੰ ਭੁੱਲ ਗਏ। ਮੱਥਾ ਟੇਕਣਾ ਗੁਰੂ ਗ੍ਰੰਥ ਸਾਹਿਬ ਜੀ ਨੂੰ, ਪਰ ਗੁਰੂ ਗ੍ਰੰਥ ਸਾਹਿਬ ਦੀ ਮੰਨਣ ਨੂੰ ਤਿਆਰ ਨੇ, ਪਰਿਕਰਮਾ ਕਰਨੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ। ਪਰ ਜਿਹੜਾ ਪਰਿਕਰਮਾ ਕਰਨ ਦਾ ਭਾਵ ਹੁੰਦਾ ਆਪਾਂ ਤਿਆਗਣਾ। ਮੈਂ ਬਚਨਬੱਧਤਾ ਬਾਬਾ ਜੀ ਤੁਹਾਡੇ ਨਾਲ ਲੈਂਦਾ ਪਿਆ ਕਿ ਜੋ ਕੁਝ ਅੱਜ ਤੋਂ ਬਾਅਦ ਜੀਵਨ ਵਿੱਚ ਵਰਤੇਗਾ ਉਹ ਤੁਹਾਡੀ ਕਿਰਪਾ ਦੁਆਰਾ, ਪਰ ਅਸੀਂ ਕਿਰਪਾ ਦੇ ਪਾਤਰ ਨਹੀਂ ਬਣ ਪਾਏ। ਇੱਕ ਦਿਨ ਚਰਿਆ ਵਿੱਚ ਸ਼ਾਮਲ ਹੋ ਗਿਆ ਵੀ ਜਾਣਾ, ਮੱਥਾ ਟੇਕਣਾ, ਪਰਿਕਰਮਾ ਕਰਨੀ, ਚਲੇ ਜਾਣਾ, ਖਿਮਾ ਕਰਨਾ, ਮੁਬਾਰਕ ਕਰਾਂ ਮੈਂ, ਆਪਣਾ ਲਾਭ ਹੈ ਇਸ ਦਾ ਵੀ। ਪਰ ਜੇ ਪੂਰਨ ਰੂਪ ਵਿੱਚ ਆਨੰਦ ਖੇੜਾ ਲੈਣਾ ਤੇ ਫਿਰ ਇਹ ਗੱਲ ਪਕੜਨੀ ਪੈਣੀ ਹੈ ਕਿ ਚੀਤ ਆਵੇ ਤਾਂ ਸ਼ਰਧਾ ਪੂਰੀ। ਵਾਹਿਗੁਰੂ ਜੀ ਜਦੋਂ ਹਿਰਦੇ ਵਿੱਚ ਯਾਦ ਵਿੱਚ ਸਵਾਸ ਸਵਾਸ ਉਹਨਾਂ ਦਾ ਨਜ਼ਦੀਕ ਹੋਣਾ ਮਹਿਸੂਸ ਹੋਣ ਲੱਗ ਪਿਆ ਤੇ ਸ਼ਰਧਾ ਪੂਰੀ ਦਾ ਭਾਵ ਹੈ ਮਨੁੱਖ ਦੀ ਹਰ ਸੱਧਰ ਪੂਰੀ ਹੋ ਜਾਂਦੀ ਹੈ, ਫਿਰ ਕੋਈ ਮੁਤਾਜ਼ਗੀ ਨਹੀਂ ਰਹਿੰਦੀ, ਫਿਰ ਕਿਸੇ ਤਰ੍ਹਾਂ ਦੀ ਕੋਈ ਤਮਾ ਬਾਕੀ ਨਹੀਂ ਰਹਿੰਦੀ, ਫਿਰ ਕਿਸੇ ਤਰ੍ਹਾਂ ਨਾਲ ਵੀ ਮਨੁੱਖ ਦੇ ਅੰਦਰ ਤੜਫਣਾ ਨਹੀਂ ਰਹਿੰਦੀ। ਹਰ ਸੱਧਰ ਪੂਰੀ ਕਰਦਾ ਮੇਰਾ ਮਾਲਕ, ਬਸ਼ਰਤੇ ਉਸ ਨੂੰ ਉਸ ਰੂਪ ਵਿੱਚ ਮਹਿਸੂਸ ਕਰਕੇ ਮਾਣਿਆ ਜਾਵੇ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੈ ਵਸ ਗੈ ਕਾਮ ਤੇਨਾ,
ਸੋ ਐਸਾ ਕਰ ਧਿਆਈਐ ਮੇਰੇ ਜੀਅੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਜਪ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਗੈ ਨਿਤ ਧਿਆਈਐ ਹਰ ਪੁਰਖ ਨਿਰੰਜਨਾ ਜਹ ਹਰ ਸਿਮਰਨ ਭਇਆ ਤਹ ਉਪਾਦਗਤ ਕੀਨੀ ਵਡ ਭਾਗੀ ਹਰ ਜਪਨਾ ਜਨ ਨਾਨਕ ਕੋ ਗੁਰ ਇਹ ਮਤ ਦੀਨੀ ਜਪ ਹਰ ਭਵ ਜਲ ਤਰਨਾ। ਫਿਰ ਇਹ ਅਵਸਥਾ ਹੈ ਅੱਜ ਦਾ ਮੁੱਖ ਵਾਕ। ਉਸ ਸ਼ਬਦ ਵਿੱਚ ਵੀ ਇਹੀ ਵਿਚਾਰ ਹੈ ਕਿ ਗੁਰ ਸਾਗਰ ਰਤਨੀ ਭਰ ਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ, ਹਰ ਰਸ ਚੋਗ ਚੁਗੈ ਪ੍ਰਭ ਭਾਵੈ, ਸਰਵਰ ਮੈਂ ਹੰਸ ਪ੍ਰਾਨ ਪਤ ਪਾਵੈ। ਜਿਹੜਾ ਇਸ ਸੱਚੀ ਚੋਗ ਨੂੰ ਚੁਗਦਾ, ਗੁਰੂ ਦੇ ਸ਼ਬਦ ਨੂੰ ਰਿੜਕਦਾ, ਇਸ ਵਿੱਚੋਂ ਤੱਤ ਗਿਆਨ ਪ੍ਰਾਪਤ ਕਰਦਾ, ਕਹਿੰਦੇ ਉਹ ਆਨੰਦ ਮਾਣਦਾ, ਕਦੇ ਵੀ ਉਸ ਦੇ ਅੰਦਰ ਦੁੱਖ ਨਹੀਂ ਵਿਆਪਦੇ, ਉਹ ਖੇੜੇ ਦੇ ਖੁਸ਼ੀ ਨੂੰ ਮਹਿਸੂਸ ਕਰਦਾ। ਚੀਤ ਆਵੇ ਤਾਂ ਸਰਦਾ ਪੂਰੀ, ਚੀਤ ਆਵੇ ਤਾਂ ਕਬਹਿ ਨਾ ਝੂਰੀ, ਉਹ ਫਿਰ ਕਦੇ ਵੀ ਝੂਰਦਾ ਨਹੀਂ। ਕੋਈ ਚਿੰਤਾ, ਕੋਈ ਫਿਕਰ, ਕੋਈ ਸਹਿਮ, ਕੋਈ ਡਰ ਉਸ ਦੇ ਜੀਵਨ ਵਿੱਚ ਨਹੀਂ ਆਉਂਦਾ, ਕਦੇ ਵੀ ਨਹੀਂ। ਮਰਜੀਵੜਿਆਂ ਦੀ ਕੌਮ ਕਿਉਂ ਕਿਹਾ ਜਾਂਦਾ ਹੈ? ਇਸ ਦੇ ਪਿੱਛੇ ਵੀ ਕਾਰਨ ਇਹੀ ਹੈ ਕਿ ਜਿਸ ਵਕਤ ਵਿਸ਼ਵਾਸ ਆਪਣੇ ਗੁਰੂ 'ਤੇ ਬਣਦਾ। ਇੱਕ ਛੋਟੀ ਜਿਹੀ ਇਤਿਹਾਸ ਦੀ ਗੱਲ ਸਾਂਝੀ ਕਰਾਂ। ਹਿੰਦੁਸਤਾਨ ਦਾ ਇਤਿਹਾਸ ਪੜ੍ਹੋ, ਮੁਹੰਮਦ ਬਿਨ ਕਾਸਿਮ ਨੇ 712 ਦੇ ਅੰਦਰ ਹਿੰਦੁਸਤਾਨ 'ਤੇ ਹਮਲਾ ਕੀਤਾ। ਕੋਈ ਉਸਦਾ ਉਸ ਵਰਗੇ ਹੋਰ ਹਮਲਾਵਰਾਂ ਦਾ ਮੁੜ ਕੇ ਮੂੰਹ ਨਹੀਂ ਰੋਕ ਸਕਿਆ, ਉਹਨਾਂ ਦਾ ਰਾਹ ਖੁੱਲਿਆ। ਉਹ ਆਉਂਦੇ ਸਨ ਹਿੰਦੁਸਤਾਨ ਨੂੰ ਲੁੱਟਦੇ ਅਤੇ ਚਲੇ ਜਾਂਦੇ ਸਨ। ਪਰ ਜੇ ਨਾ ਭੁੱਲਦਾ ਹੋਵਾਂ ਤਾਂ 1521 ਦੇ ਅੰਦਰ ਜਦੋਂ ਬਾਬਰ ਨੇ ਹਮਲਾ ਕੀਤਾ ਨਾ ਹਿੰਦੁਸਤਾਨ 'ਤੇ, ਅਤੇ ਇੱਕ ਮਰਦ ਅਗੰਬੜੇ ਨੇ ਬਾਬਰ ਨੂੰ ਜ਼ਾਬਰ ਕਹਿ ਦਿੱਤਾ। ਉਹ ਸ਼ਬਦ ਅੱਜ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਅਸੀਂ ਪੜ੍ਹਦੇ ਸੁਣਦੇ ਹਾਂ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਝ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਬਾਬਰ ਨੂੰ ਜਾਬਰ ਕਿਹਾ, ਬਾਬਰ ਦੀ ਉਸ ਫੌਜ ਨੂੰ ਅਤੇ ਬਾਬਰ ਨੂੰ ਆਉਣ ਦੇ ਕਾਰਨ ਨੂੰ ਲਿਖਦੇ ਹਾਂ। ਗੁਰੂ ਨੇ ਕਿਹਾ ਤੂੰ ਪਾਪ ਦੀ ਬਰਾਤ ਲੈ ਕੇ ਆਏ ਹੈ। ਜ਼ਰੂਰੀ ਨਹੀਂ ਹੋਇਆ ਕਰਦਾ ਕਿ ਮਨੁੱਖ ਸੂਰਮਾ ਉਹੀ ਹੈ ਜਿਸਦੇ ਮੋਢੇ 'ਤੇ ਬੰਦੂਕ ਅਤੇ ਹੱਥ ਤਲਵਾਰ ਹੋਵੇ। ਜਿਸ ਦਾ ਆਤਮਕ ਰੂਪ ਮਜ਼ਬੂਤ ਹੋ ਗਿਆ ਉਹ ਕਿਸੇ ਵੀ ਧਾੜਵੀ ਲੁਟੇਰੇ ਨੂੰ ਖਲੋ ਕੇ ਲਲਕਾਰ ਦਿੰਦਾ ਹੈ, ਔਰ ਵਿਚਾਰ ਦੇ ਵਾਰ ਦੇ ਨਾਲ ਉਸ ਨੂੰ ਹਰਾ ਵੀ ਦਿੰਦਾ ਹੈ। ਇਹ ਜਿਹੜਾ ਬਚਨ ਹੈ ਨਾ, ਦੇਖੋ ਕਿ ਕਬਹਿ ਨਾ ਝੂਰੀ, ਦੁਨੀਆ ਝੂਰਦੀ ਹੈ, ਦੁਖੀ ਹੈ, ਪਰ ਬਾਬਾ ਨਾਨਕ ਉਸ ਬਾਬਰ ਦੀ ਕੈਦ ਵਿੱਚ ਵੀ ਚੱਕੀਆਂ ਚਲਾਉਂਦੇ ਹਾਂ ਵੀ ਰੱਬ ਦਾ ਸ਼ੁਕਰ ਕਰਦਾ ਹੈ। ਇਹ ਤਾਂ ਚਲੋ ਗੁਰੂ ਦੀ ਗੱਲ ਹੈ। ਕਿਤੇ ਗੁਰੂ ਨਾਨਕ ਸਾਹਿਬ ਦੇ ਸਮਕਾਲੀ ਸਿੱਖਾਂ ਦਾ ਇਤਿਹਾਸ ਪੜ੍ਹੋ। ਭਾਈ ਸਾਹਿਬ ਭਾਈ ਮਨਸੁਖ ਜੀ ਜੋ ਵਕਤ ਦੇ ਵਪਾਰੀ ਸਨ ਅਤੇ ਸ਼ੰਗਲਾ ਦੀਪ ਵਿੱਚ ਵਪਾਰ ਕਰਨ ਜਾਂਦੇ, ਉੱਥੋਂ ਦਾ ਰਾਜਾ ਸ਼ਿਵਨਾਭ ਕੇਵਲ ਇਸ ਕਾਰਨ ਉਹਨਾਂ ਨੂੰ ਗ੍ਰਿਫਤਾਰ ਕਰਦਾ, ਕੈਦ ਵਿੱਚ ਪਾਉਂਦਾ ਕਿ ਉਹਨਾਂ ਨੇ ਰਾਜੇ ਦਾ ਹੁਕਮ ਵਰਤ ਰੱਖਣ ਦਾ ਉਹ ਕਬੂਲੇ ਆ ਨਹੀਂ, ਉਹਨਾਂ ਨੇ
ਪੂਰੇ ਰਾਜ ਵਿੱਚ ਹੁਕਮ ਸੀ ਕਿ ਬ੍ਰਤ ਰੱਖਣਾ, ਪ੍ਰਸ਼ਾਦਾ ਕੋਈ ਨਾ ਪਕਾਏਗਾ ਨਾ ਖਾਏਗਾ, ਪਰ ਗੁਰੂ ਕੇ ਪਿਆਰੇ ਸਿੱਖ ਨੇ ਲੰਗਰ ਪ੍ਰਸ਼ਾਦਾ ਤਿਆਰ ਕੀਤਾ ਅਤੇ ਖਾਲੀ ਲੰਗਰ ਤਿਆਰ ਕਰਕੇ ਆਪ ਖਾਧਾ ਨਹੀਂ। ਜਿਹੜਾ ਗੁਰਸਿੱਖ ਦੀ ਰਹਿਣੀ ਵਿੱਚ ਇੱਕ ਜ਼ਿਕਰ ਪੜ੍ਹਦੇ ਹਾਂ, ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸ਼ਾਦ ਆਣ ਵਰਤਨ ਦਾ, ਗੁਰਸਿੱਖਾਂ ਨੂੰ ਦੇ ਕਰ ਪਿੱਛੋਂ ਬਚਿਆ ਆਪ ਖਵੰਦਾ, ਗੁਰਮੁਖ ਗਾਡੀ ਰਾਹ ਚੱਲਣ ਦਾ, ਉਸ ਉੱਤੇ ਪਹਿਰਾ ਦਿੰਦੇ ਹਾਂ। ਭਾਈ ਸਾਹਿਬ ਜੀ ਨੇ ਆਵਾਜ਼ਾਂ ਮਾਰਿਆ, ਕੋਈ ਵੀ ਜਿੱਥੋਂ ਤੱਕ ਮੇਰੀ ਆਵਾਜ਼ ਕਹਿੰਦੇ ਜਾਂਦੀ ਹੈ ਭੁੱਖਾ ਹੋਵੇ ਅਤੇ ਗੁਰੂ ਕਾ ਲੰਗਰ ਤਿਆਰ ਹੈ, ਆ ਕੇ ਪ੍ਰਸ਼ਾਦਾ ਛਕ ਲਵੇ। ਅਤੇ ਭਾਈ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ ਗਿਆ, ਭਾਈ ਸਾਹਿਬ ਨੂੰ ਕਾਲ ਕੋਠੜੀ ਵਿੱਚ ਪਾ ਦਿੱਤਾ ਗਿਆ, ਪਰ ਭਾਈ ਮਨਸੁਖ ਗੁਰੂ ਕੀ ਬਾਣੀ ਪੜ੍ਹ ਰਹੇ ਹੈ। ਰਾਜਾ ਸ਼ਿਵਨਾਭ ਤੱਕ ਖਬਰ ਜਾਂਦੀ ਹੈ ਕਿ ਜਿਹੜਾ ਕੈਦੀ ਅੱਜ ਕੈਦ ਵਿੱਚ ਪਾਇਆ ਉਸ ਦੇ ਅੰਦਰ ਡਰ ਕੋਈ ਨਹੀਂ, ਉਹ ਤੇ ਗੀਤ ਗਾ ਰਹੇ ਹੈ, ਕਿਉਂਕਿ ਜਿਹੜਾ ਬੰਦਾ ਡਰਦਾ ਰੋਂਦਾ ਹੈ, ਕੁਰਲਾਉਂਦਾ ਹੈ, ਦੁਹਾਈ ਪਾਉਂਦਾ ਬਖਸ਼ ਲਓ, ਇਹ ਤੇ ਗੀਤ ਪਿਆ ਗਾਉਂਦਾ। ਸ਼ਿਵਨਾਭ ਕੋਲ ਪੇਸ਼ ਕੀਤਾ ਗਿਆ, ਸਵਾਲ ਕਰਦਾ ਤੂੰ ਡਰਿਆ ਨਹੀਂ? ਕਹਿੰਦੇ ਕਿਸ ਚੀਜ਼ ਦਾ ਡਰ? ਕਾਲ ਕੋਠੜੀ ਦਾ ਨਾਂ ਸੁਣ ਕੇ ਲੋਕ ਕੰਬਦੇ ਹੈ, ਇਕੱਲੇ ਨੂੰ ਤੈਨੂੰ ਇੱਥੇ ਹਨੇਰੀ ਕੋਠੜੀ ਵਿੱਚ ਬੰਦ ਕਰਨਾ? ਉਹ ਕਹਿੰਦਾ ਤੁਹਾਡੇ ਲਈ ਇਕੱਲਾ ਰੂਪ ਹੋ ਸਕਦਾ? ਕਹਿੰਦੇ ਮੇਰਾ ਗੁਰੂ ਮੇਰੇ ਨਾਲ ਹੈ, ਮੇਰਾ ਪਰਮੇਸ਼ਰ ਮੇਰੇ ਨਾਲ ਹੈ। ਕਹਿੰਦਾ ਤੂੰ ਗੱਲਾਂ ਕਿਸ ਨਾਲ ਪਿਆ ਕਰਦਾ ਸੀ? ਕਹਿੰਦਾ ਗੁਰੂ ਨਾਨਕ ਨਾਲ। ਮੇਰਾ ਗੁਰੂ, ਮੇਰਾ ਪ੍ਰੀਤਮ, ਮੇਰਾ ਵਾਹਿਗੁਰੂ ਸਦਾ ਮੇਰੇ ਨਾਲ ਹੈ, ਮੈਂ ਉਸ ਦੀ ਇਬਾਦਤ ਕਰਦਾ, ਮੈਂ ਬਾਣੀ ਪੜ੍ਹਦਾ ਸੀ ਅਤੇ ਉਹ ਮੇਰੇ ਨਜ਼ਦੀਕ ਹੈ, ਮੈਂ ਉਸ ਨਾਲ ਗੱਲਾਂ ਕੀਤੀਆਂ। ਡਰ ਨਹੀਂ, ਕਿਉਂ? ਚੀਤ ਆਵੇ ਤਾਂ ਕਬਹਿ ਨਾ ਝੂਰੀ, ਵਿਸਰਦਾ ਤੇ ਇਕੱਲੇ ਆ, ਹਰ ਵਿਸਰਤ ਸਦਾ ਖੁਆਰੀ, ਹਰ ਪਹਿਲੂ ਗੁਰਬਾਣੀ ਵਿੱਚ ਹੈ। ਫਿਰ ਕਹਿੰਦੇ ਹਾਂ ਦੁੱਖ ਸਾਡੇ ਆਪਣੇ ਕਰਮਾਂ ਦਾ ਹੈ। ਆ ਮਹੀਨਾ ਕੱਲ ਚੜ੍ਹਿਆ ਭਾਦਰੋਂ ਦਾ, ਸਤਿਗੁਰੂ ਨੇ ਉੱਥੇ ਵੀ ਕਿਰਪਾ ਕੀਤੀ, ਗੁਰੂ ਅਰਜਨ ਦੇਵ ਪਾਤਸ਼ਾਹ ਨੇ ਦੋ ਪੰਕਤੀਆਂ ਵਿਚਾਰਦਾ, ਪਹਿਲੀ ਅਤੇ ਅਖੀਰਲੀ ਪੰਕਤੀ, ਤੱਤ ਪੂਰਾ ਉੱਥੇ ਸਾਹਮਣੇ ਹੈ। ਭਾਦੋਏ ਭਰਮ ਭੁਲਾਣੀ ਆ, ਦੂਜੇ ਲੱਗਾ ਹੇਤ, ਲਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਤ। ਭਾਦਰੋਂ ਦੇ ਮਹੀਨੇ ਵਿੱਚ ਜਿਨ੍ਹਾਂ ਜੀਵ ਇਸਤਰੀਆਂ ਨੇ ਖਸਮ ਨੂੰ ਛੱਡ ਦਿੱਤਾ, ਦੂਜੇ ਪਾਸੇ ਪਿਆਰ ਹੈ, ਵਾਹਿਗੁਰੂ ਭੁੱਲ ਗਿਆ, ਪਦਾਰਥਾਂ ਨਾਲ ਪ੍ਰੀਤ ਹੈ, ਕਹਿੰਦੇ ਨੇ ਉਹਨਾਂ ਦਾ ਕੀਤਾ ਸ਼ਿੰਗਾਰ, ਉਹਨਾਂ ਦਾ ਜੀਵਨ ਸਭ ਕੁਝ ਬੇਅਰਥ ਚਲਾ ਜਾਂਦਾ। ਫਿਰ ਬਾਬਾ ਜੀ ਚੰਗਾ ਕੌਣ ਹੈ, ਆਖਰੀ ਪੰਕਤੀ ਵਿੱਚ ਫਿਰ ਕਿਰਪਾ ਕੀਤੀ, ਸੇ ਉਹ ਭਾਦੋਂ ਨਰਕ ਨਾ ਪਾਈਆਂ ਗੁਰ ਰੱਖਣ ਵਾਲਾ ਹੇਤ। ਕਹਿੰਦੇ ਉਹਨਾਂ ਨੂੰ ਤਾਂ ਦੁੱਖ ਨਹੀਂ ਲੱਗਦਾ ਜਿਨ੍ਹਾਂ ਦਾ ਰਾਖਾ ਗੁਰੂ ਹੋਵੇ। ਚੀਤ ਆਵੇ ਤਾਂ ਕਬਹਿ ਨਾ ਝੂਰੀ, ਅਗਲਾ ਬੰਦ ਹੈ, ਚੀਤ ਆਵੇ ਤਾਂ ਸਰਬ ਕੋ ਰਾਜਾ, ਜਿਸ ਦੇ ਚਿੱਤ ਵਿੱਚ ਯਾਦ ਵਿੱਚ ਹਰ ਵਕਤ ਉਹ ਵਾਹਿਗੁਰੂ ਵਸਿਆ ਹੋਇਆ, ਕਹਿੰਦੇ ਉਹ ਸਭ ਦਾ ਰਾਜਾ ਹੈ। ਇੱਥੇ ਇੱਕ ਗੱਲ ਯਾਦ ਰੱਖਣਾ, ਸਾਡੇ ਜ਼ੇਹਨ ਵਿੱਚ ਕੁਝ ਗੱਲਾਂ ਆਉਂਦੀਆਂ ਅੱਖਰਾਂ ਨੂੰ ਲੈ ਕੇ, ਹੁਣ ਅੱਖਰ ਆਇਆ ਰਾਜਾ, ਤੇ ਰਾਜੇ ਦਾ ਨਾਮ ਆਉਂਦਿਆਂ ਹੀ ਰਾਜਾ ਅੱਖਰ ਅੰਦਰ ਜਾਂਦਿਆਂ ਇੱਕ ਗੱਲ ਫੁਰਦੀ ਹੈ, ਕੋਈ ਦੇਸ਼ ਹੋਏਗਾ, ਕੋਈ ਸਿੰਘਾਸਨ ਹੋਏਗਾ, ਕੋਈ ਪ੍ਰਜਾ ਹੋਵੇਗੀ, ਕੋਈ ਫੌਜ ਹੋਵੇਗੀ। ਰਾਜੇ ਦਾ ਮਤਲਬ ਖਾਲੀ ਉਹ ਹੁਕਮ ਚਲਾਉਣ ਵਾਲਾ ਨਹੀਂ ਹੈ, ਖਾਲਸਾ ਸ਼ਬਦ ਹੈ ਨਾ, ਇਹ ਆਪਣੇ ਆਪ ਵਿੱਚ ਇਤਨਾ ਮਜ਼ਬੂਤ ਅੱਖਰ ਹੈ, ਇਸ ਦਾ ਭਾਵ ਇਤਨਾ ਮਜ਼ਬੂਤ ਹੈ ਕਿ ਜਿਸ ਨੂੰ ਗੁਰੂ ਨੇ ਖਾਲਸਾ ਬਣਾ ਦਿੱਤਾ ਉਹ ਰਾਜਾ ਹੋ ਗਿਆ। ਰਾਜੇ ਦਾ ਭਾਵ ਹੁੰਦਾ ਵੀ ਉਹ ਕਿਸੇ ਦੇ ਭੈ ਨੂੰ ਨਹੀਂ ਮੰਨਦਾ, ਉਹ ਆਪਣੇ ਆਪ ਵਿੱਚ ਸਿਰਮੌਰ ਹੈ ਤੇ ਉਸਦੇ ਵਿਚਾਰਾਂ ਵਿੱਚ ਰਾਜੇ ਦਾ ਰੂਪ ਆ ਜਾਂਦਾ, ਉਹ ਵਿਚਾਰ ਕਰਕੇ ਇਤਨਾ ਦ੍ਰਿੜ ਭਰੋਸੇ ਵਾਲਾ ਬਣਦਾ ਕਿ ਉਹ ਕਿਸੇ ਦੀ ਮੁਤਾਜ਼ਗੀ ਨਹੀਂ ਮੰਨਦਾ, ਕੋਈ ਰਾਜੇ ਦੀ ਲਿਸ਼ਕਵੀਂ ਪੁਸ਼ਾਕ ਹੀ ਨਹੀਂ ਹੋਇਆ ਕਰਦੀ। ਜੇ ਇਹੋ ਜਿਹੀਆਂ ਗੱਲਾਂ ਹੋਣ ਤੇ ਪਿਆਰ ਵਾਲਿਓ, ਉਹਨਾਂ ਸਿੱਖਾਂ ਨੂੰ ਦੇਖੋ, ਮੋਤੀ ਮਹਿਰੇ ਵਰਗੇ ਨੂੰ ਦੇਖੋ, ਉਹ ਰਾਜਾ ਹੈ, ਕਿੱਥੇ ਵਜ਼ੀਰਾ ਤੇ ਕਿੱਥੇ ਭਾਈ ਮੋਤੀ ਮਹਿਰਾ। ਹੁਕਮ ਰਾਜੇ ਦਾ ਪਾਣੀ ਵੀ ਨਹੀਂ ਦੇਣਾ ਕਿਸੇ ਨੇ, ਦੁੱਧ ਖਾਣਾ ਤੇ ਬੜੀ ਦੂਰ ਦੀ ਗੱਲ ਸੀ,
पर अपने अंदर दे उस गुरु की बरकत नू महसूस करदे आ, अपने आप नू राजा समझ रहे, कहिंदा कोई नहीं, जो घर विच सी सब वच वेट वच के वेच के और रिश्वत भी दित्ती ते गुरु ते गुरु दे बच्चे ते गुरु दी माता जी नू। गुरु दा सिख सी ना, अंदर सिखी है ते दुध पियाने जांदा है, कोई डर नहीं। ये विचार दा राजपुण है, ये दृढ़ता है, अडोलपण है, विश्वास है ते मुथाजगी है कोई नहीं। इस करके चीत आवे ता पूरे काजा, तुसी उसनू याद विच वसाओ ते कारज ते फिर आप ही सवरदे है। बाणी दा फैसला है, पातशाह कहंदे ने जिहड़ियां गल्लां मन विच चित चेते विच भी नहीं मेरे दाते ने वह भी पूरियां कर दित्तियां। अचिंत काम करे प्रभ तिनके जिन हर का नाम प्यारा। जिन्हां नूं वाहिगुरु जी का नाम प्यारा लगता, वाहिगुरु प्यारा लगता, सदा जपते हैं, कहिंदे उन्हां दे अचिंत काम भी रब पूरे कर दिंदा। वो अखर ते बिल्कुल ही सरल है ना, भी संतां के कारज आप खलोया, हर काम करावण आया राम। मंग असी भी करते हैं, दाते आ मेहर करो साढ़े जीवन दे विच सारी कारज पूरे होण, पर कर्म भी बदलने पैणगे। साध संगत जी चंगा बीजांगे ते बरकत अपने आप मिलणगियां। सिमरन करिए, बंदगी करिए। रागी सिंह शब्द पढ़ रहे सन कि सिमरन भजन दया नहीं कीनी तो मुख चोटा खाएगा। हुण भजन नहीं है, सिमरन नहीं है, बाणी पढ़ते नहीं आ, संगत विच जुड़ बैठते नहीं, तो फिर लोचते हैं भी सब कुछ मिले, बड़ी मुश्किल जी गल है। सिमरन करांगे, चित विच रब नू गुरु नू वसावांगे, कारज कोई नहीं थुड़दा। चीत आवे ता रंग गुलाल, ए रंग गुलाल दा अखरी भाव है भी गूढ़े आत्मक रंग दा वो मालक बनता है। उन्हां दा फिर रंग कोई उतार नहीं सकदा। एक रंग है दुनिया दा, एक कच्चा है, ये लथ जांदा है। एक वो रंग है जिसका जिक्र हजूर ने बाणी विच कीता है, आपे साजे आपे रंगे आपे नदर करे। ये रंगत उन्होंने मिलती है जिन्हां ते उसकी कृपा की नजर हो गई। ते कच्चा रंग ते पक्का रंग बस यही अंतर है। कच्चा रंग दुनिया का असी आप लगाने हैं, ते पक्का रंग जिहड़ा मजीठा रंग है वह गुरु की बरकत नाल मिलिया करता है। और ये लथदा नहीं, इस रंग नू कोई हटा नहीं सकेगा। पातशाह कहंदे ने चीत आवै ता रंग गुलाल, चीत आवै ता सदा निहाल। फिर वह सदा ही निहाल है। निहाल का भाव होंदा खिड़े मथे रहना, सफल हो जाना, किसी तरह की रोक किसी तरह की चिंता जीवन विच बाकी नहीं रहिंदी। चीत आवै ता सद धनवंता। अगे पातशाह कहंदे ने जदों परमात्मा किसी दे हिरदे दे विच प्रगट हो गया, सिमरन की बरकत गुरु के शब्द की कमाई नाल, उसने देख लिया भी विषय विकारा की मैल सी, पर्दा सी, ये हट गया ते मेरा दाता मेरे अंदर मौजूद है, सारी कायनात नू चलाण वाला मेरे हिरदे विच बैठा हुए है। ते फिर वो सब तो ज्यादा तनाड़ है। तनाड़ किवें है? एक ते धन है दुनिया का, जिस धन की गल बाबा जी ने बाणी विच कही, आखिया बड़ा प्यारा बोल है, इस तन धन का क्या गरबैया, राम नाम काहे ना दृढ़िया। कहिंदे इस दुनिया दे धन दा ते इस शरीर दा की बंदे तू गर्व करना है, क्योंकि ये धन ऐसा है पानी दे बुलबुले वांगू, एक खिन विच सवेरे अमीर सी रात नू ऐसे बंदे भी नजर आ जांदे ने
कि उन्हां दी अमीरी एक रोग कारण, एक दुनिया के विकार कारण एक खिन विच खत्म भी हो जाती है। को हर समान नहीं राजा, ए भूपत सब दिवस चार के झूठे करत दिवाजा। यह सब झूठा दिखावा है। वाहिगुरु वर्गा कोई राजा नहीं, और जिहड़ा वाहिगुरु नाल जुड़दा है साध संगत जी, उस वर्गा कोई तनाड़ नहीं। ते नाम नहीं जपदा, सिमरन नहीं करता, तो दुनिया के धन का मालिक है। साहिब के बचन पढ़ते हैं, अत सुंदर कुलीन चतुर मुख ज्ञानी धनवंत, मृतक कही है नानक जे प्रीत नहीं भगवंत। और वो मुबारक है, उसका जीवन सफलता वाला बनता है। वह राजा भी है, वह धनाड़ भी है, वह चंगी कुल वाला भी है, जो हिरदे विच वाहिगुरु नूं वसांदा है। चीत आवै ता सद धनवंता, चीत आवै ता सद निभरंता। उस मनुख नूं पातशाह जी कहिंदे ने निभरंता, भ्रांति। भ्रांति की है? भरम भटकना। उसकी सारी भटकना जीवन की मुक जाती है। वह ऐसा शाह बनता है कि उसके जीवन के अंदर सदा ही खेड़ा बनिया रहा, तो वह माया के मगर नहीं दौड़ता, उसनों मालिक की बरकत बख्शिश प्राप्त होती है। चीत आवै तो सब रंग माणे, जदों वह वाहिगुरु जी को जपद, वाहिगुरु जी नाल गल्लां करदा, वाहिगुरु जी को अपने हिरदे विच देखदा, तो बाकी उसनों सदा ही फिर आनंद मिलता, रंग मिलता। रंग का अर्थ है खेड़ा, आनंद, पूर्ण बख्शिश प्राप्त हो जाती है। ते चीत आवे ता चूकी काने, कान दा अर्थ हुंदा मुथाजगी, उसनू फिर किसे चीज दी मुथाजगी नहीं रहिंदी। जा तू मेरे वल है ता क्या मोशंदा, क्यों ये मोशंदगी हट गई। तुद सब किश मैनू सौंपे, जा तेरा बंदा, लखमी तोट ना आवई खाए खर्च रहंदा। और इना बचना विच ही पढ़ते हैं, जदों उसकी बरकत है फिर लेखा कोई ना पूछे। जदों वह बख्शंद की कृपा हो गई ना, अंदर प्रकट हो गया, उसने एहसास करा दिता सिखा डरन की लोड़ नहीं, मैं तेरे नाल हाँ। तो पातशाह कहते ने फिर वह डोलता नहीं, डिगे ना डोले, दृढ़ कर रहे हो, चित विच वसण दी गल है। अगे पातशाह अखीरले बंद विच कहिंदे ने, चीत आवै तां सहज घर पाया। जदों चित विच वाहिगुरु ते उसकी याद मुकम्मल रूप विच वस जांदी है, प्रगट हो जांदा प्यारा प्रीतम, ते सहज घर पाया दा अर्थ है आत्मक अडोलता मिलती है। वह फिर डोलता नहीं। अत दा तनाड़ होवे वह भी डोलते नजर आते हैं। मैं नहीं कहता गुरु की बाणी पढ़ो, सतगुरों ने बाणी विच जिक्र किया, पातशाह का बचन है जिस ग्रह बहुत तिस ग्रह चिंता। जिन्हों को दुनिया का धन नहीं, जिस ग्रह थोरी सो फिरै भ्रमंता भटकदा, वह भी दिखाई देता है। अडोलता उत्थे भी नहीं, क्योंकि वह अपने जीवन के थिर अवस्था के प्राप्ति के वास्ते जिहड़ा जतन करते हैं, वह करते हैं खबरे धन मिलेगा तो टिक जावांगे, लेकिन नहीं। सहस खटे लख को उठता वै, तृप्त ना आवै माया पाछै पावै। यह तो वह बरकत करदा दिंदा, रहमत की नज़र हो गई, फिर यह अवस्था है। चीत आवै ता सहज घर पाया, चीत आवै तां सुन समाया। जदों वह वाहिगुरु हिरदे विच वस गया, फिर सुन अवस्था। सुन अवस्था दो तरीकों की है, एक वह सुन अवस्था है जिहड़ी बाहरों शरीर करके है। किसी का शरीर रोगी हो जाए ना, तो सुन है, पैरालाइज सिस्टम जिहड़ा है, जदों नर्वस सिस्टम खत्म हो जाए,
ਨਾੜਾਂ ਵਿੱਚੋਂ ਬਲੱਡ ਦਾ ਸਰਕੂਲੇਸ਼ਨ ਬਿਲਕੁਲ ਰੁਕ ਜਾਂਦਾ ਅਤੇ ਉਹ ਹਿੱਸਾ ਸਰੀਰ ਹੈ, ਹੱਥ ਪੈਰ ਉਸੇ ਤਰ੍ਹਾਂ ਨੇ, ਪਰ ਉਹ ਸੁੰਨ ਹੋ ਜਾਂਦੀ ਹੈ, ਉਹਨਾਂ ਵਿੱਚ ਚੇਤਨਤਾ ਖਤਮ ਹੋ ਜਾਂਦੀ ਹੈ। ਇੱਥੇ ਜਿਹੜੀ ਸੁੰਨ ਅਵਸਥਾ ਹੈ ਨਾ, ਅਸਲ ਵਿੱਚ ਇਹ ਸੁੰਨ ਅਵਸਥਾ ਮਨੁੱਖ ਦੇ ਮਨ ਦੇ ਵਿੱਚ ਉਹ ਮਾਇਕ ਫੁਰਨੇ, ਉਹ ਦੁਨੀਆਂ ਦੇ ਪਦਾਰਥਾਂ ਦੀ ਜ਼ਰੂਰਤ ਲਈ ਚੱਲਣ ਵਾਲੇ ਫੁਰਨੇ ਉਹ ਖਤਮ ਹੋ ਜਾਂਦੇ ਨੇ। ਉਹ ਉਸ ਅਵਸਥਾ ਵਿੱਚ ਹੋ ਜਾਂਦਾ ਜਿਸ ਨੂੰ ਜਿਵੇਂ ਸਰੀਰ ਕਰਕੇ ਸੁੰਨ ਹੈ, ਉਸ ਨੂੰ ਅੱਛੇ ਦੀ, ਬੁਰੇ ਦੀ, ਦੁੱਖ ਦੀ, ਚੋਭ ਦੀ, ਗਰਮ ਦੀ, ਠੰਡੇ ਦੀ ਜਿਹੜੀ ਪਕੜ ਹੈ ਉਹ ਛੱਡ ਦਿੱਤੀ ਹੈ, ਸਰੀਰ ਉਸ ਨੂੰ ਮਹਿਸੂਸ ਕਰਨਾ ਛੱਡ ਦਿੰਦਾ ਹੈ। ਅਤੇ ਬਾਬਾ ਜੀ ਕਹਿੰਦੇ ਨੇ ਫਿਰ ਅਵਸਥਾ ਉਹ ਬਣਦੀ ਹੈ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਉਹ ਫਿਰ ਬਾਕੀ ਸਭ ਕੁਝ ਛੱਡ ਦਿੰਦਾ ਹੈ। ਚੀਤ ਆਵੇ ਸਦ ਕੀਰਤਨ ਕਰਤਾ, ਕੀਰਤਨ ਦਾ ਅਰਥ ਅਖਰੀ ਅਰਥ ਉਸਤਤ ਹੈ। ਆਮ ਬੋਲੀ ਵਿੱਚ ਅਸੀਂ ਕੀਰਤਨ ਸਾਜਾਂ ਦੁਆਰਾ ਬਾਣੀ ਨੂੰ ਗਾਇਨ ਕਰਨ ਨੂੰ ਕਹਿੰਦੇ ਹਾਂ ਕਿ ਸਾਜ ਵੱਜਦੇ ਨੇ ਨਾਲ ਸ਼ਬਦ ਗਾਇਆ ਜਾਂਦਾ, ਇਹ ਕੀਰਤਨ ਹੈ। ਪਰ ਗੁਰਬਾਣੀ ਵਿੱਚ ਕੀਰਤਨ ਦੀ ਪਰਿਭਾਸ਼ਾ ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ ਦਾ ਜਿਹੜਾ ਭਾਵ ਹੈ ਨਾ, ਉਹ ਰੱਬ ਦੀ ਉਸਤਤ ਦੇ ਵਿੱਚ ਬੋਲੇ ਬੋਲ ਉਹ ਕੀਰਤੀ ਹੈ। ਵਾਹਿਗੁਰੂ ਤੇਰਾ ਸਭ ਸਦਕਾ ਸੇਵਕ ਹੈ ਭਰਪੂਰ ਜੁਗ ਜੁਗ, ਕਹਿ ਨਾ ਸਕੈ ਕੋ ਤੂੰ ਕਦਕਾ, ਕੀਰਤੀ ਹੈ। ਸਹਿਜ ਸੁਭਾ ਪ੍ਰਸ਼ਾਦਾ ਛਕਣ ਲੱਗੇ ਆ, ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰੱਖ ਮਨ ਮਾਹੇ, ਜੇ ਗੁਰੂ ਕਾ ਬਚਨ ਸਮਝ ਆ ਗਿਆ ਤੇ ਪ੍ਰਸ਼ਾਦਾ ਛਕਦੇ ਆ ਮੁਖੋ ਨਿਕਲਿਆ ਦਾਤਿਆ, ਸਭ ਤੇਰੀ ਬਰਕਤ ਨਾਲ ਪ੍ਰਾਪਤ ਹੋਇਆ। ਇਹ ਵੀ ਕੀਰਤੀ ਹੋ ਗਈ, ਵਸਤਰ ਚੰਗੇ ਮਿਲ ਗਏ ਦਾਤਿਆ ਤੇਰੀ ਬਰਕਤ ਨਾਲ ਪ੍ਰਾਪਤ ਹੋਏ ਨੇ, ਇਹ ਕੀਰਤੀ ਹੈ। ਖਾਲੀ ਸਾਜਾਂ ਦੀ ਗੱਲ ਨਹੀਂ, ਇਹ ਤੇ ਇੱਕ ਵਿਧ ਹੈ, ਇੱਕ ਢੰਗ ਹੈ ਕਿ ਮਨ ਨੂੰ ਠਹਿਰਾਅ ਵਿੱਚ ਲਿਆਉਣਾ ਤੇ ਬਾਣੀ ਦਾ ਗਾਇਨ ਸਾਜਾਂ ਦੁਆਰਾ ਕੀਤਾ ਜਾਂਦਾ ਹੈ। ਫਿਰ ਬਚਨ ਹੈ ਉਹ ਮਨੁੱਖ ਫਿਰ ਸਦਾ ਕੀਰਤੀ ਗਾਉਂਦਾ ਹੈ, ਉਸਤਤ ਕਰਦਾ ਹੈ। ਮਨ ਮਾਨਿਆ ਨਾਨਕ ਭਗਵੰਤਾ, ਜਦੋਂ ਮਨ ਕੀਰਤੀ ਵਿੱਚ ਜੁੜ ਗਿਆ, ਜਦੋਂ ਸਿਫਤ ਸਲਾਹ ਕਰਨ ਲੱਗ ਪਿਆ, ਜਦੋਂ ਉਸਤਤ ਮਨ ਮੈਂ ਕਰ ਨਿਰੰਕਾਰ, ਕਰਮਨ ਮੇਰੇ ਸਦ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ, ਜਦੋਂ ਇਸ ਮੁਕਾਮ ਤੇ ਚੱਲ ਪਿਆ, ਇਸ ਪੜਾਅ ਨੂੰ ਪ੍ਰਾਪਤ ਕਰਨ ਲਈ ਤੁਰ ਪਿਆ, ਇਸ ਮੰਜ਼ਿਲ ਨੂੰ ਆਪਣਾ ਨਿਸ਼ਾਨਾ ਬਣਾ ਲੈਂਦਾ ਹੈ ਕਿ ਉਠਤ ਬੈਠਤ ਸੋਵਤ ਨਾਮ, ਤੇ ਫਿਰ ਮਨ ਮਾਨਿਆ ਨਾਨਕ ਭਗਵੰਤਾ। ਹਜ਼ੂਰ ਅਖੀਰ ਵਿੱਚ ਸਮਝਾਉਂਦੇ ਨੇ ਹੇ ਨਾਨਕ, ਉਸ ਮਨੁੱਖ ਦਾ ਮਨ ਫਿਰ ਪਰਮਾਤਮਾ ਦੇ ਨਾਲ ਮੰਨ ਜਾਂਦਾ, ਗਿਝ ਜਾਂਦਾ, ਜੁੜ ਜਾਂਦਾ, ਫਿਰ ਉਸ ਮਨੁੱਖ ਨੂੰ ਕਦੇ ਰੱਬ ਨਹੀਂ ਭੁੱਲਦਾ, ਫਿਰ ਉਸ ਦੇ ਚਿੱਤ ਵਿੱਚ ਉਹ ਹੈ ਜਿਹੜੇ ਬਚਨ ਦਾਸ ਨੇ ਸ਼ੁਰੂ ਵਿੱਚ ਪੜ੍ਹੇ ਸਨ ਕਿ ਸੇਵਕ ਕੀ ਓੜਕ ਨਿਭਹੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ, ਚਲਤੇ ਰੱਖਿਓ ਚੀਤ, ਉਹ ਵਾਹਿਗੁਰੂ ਜੀ ਨੂੰ ਜਪਦਾ। ਸੋ ਚਿੱਤ ਆਉਣ ਦਾ ਭਾਵ ਥੋੜ੍ਹੀ ਦੇਰ ਸਿਮਰਨਾ ਫੇਰ ਲਿਆ, ਥੋੜ੍ਹੀ ਦੇਰ ਵਾਹਿਗੁਰੂ ਜਪਿਆ, ਥੋੜ੍ਹੀ ਦੇਰ ਬਾਣੀ ਪੜ੍ਹੀ, ਬਾਅਦ ਵਿੱਚ ਅਸੀਂ ਫਿਰ ਦੁਨੀਆਂ ਦੀਆਂ ਅਤੇ ਚੰਗੀਆਂ ਮੰਦੀਆਂ ਗੱਲਾਂ ਵਿੱਚ ਉਲਝ ਗਏ। ਇਹ ਚਿੱਤ ਆਉਣ ਦਾ ਰੂਪ ਨਹੀਂ, ਚਿੱਤ ਆਉਣ ਦਾ ਰੂਪ ਹੈ ਕਿ ਉਹ ਕਦੇ ਵੀ ਨਾ ਭੁੱਲੇ, ਉੱਠਦਿਆਂ ਬੈਠਦਿਆਂ ਚੇਤੇ ਰਵੇ, ਸਾਸ ਗਿਰਾਸ ਯਾਦ ਰਵੇ, ਚੰਗਾ ਮੰਦਾ ਕੰਮ ਕਰਨ ਲੱਗਿਆਂ ਚੰਗੇ ਮੰਦੇ ਦਾ ਭਾਵ ਅਗਰ ਅੰਦਰ ਪ੍ਰਗਟ ਹੋਣਾ ਸ਼ੁਰੂ ਹੋ ਗਿਆ, ਸਮਝ ਆ ਗਈ ਕਿ ਮੇਰਾ ਵਾਹਿਗੁਰੂ ਮੇਰੇ ਨਾਲ ਹੈ, ਫਿਰ ਉਹ ਜਿਹੜਾ ਬੋਲ ਗੁਰੂ ਅਮਰਦਾਸ ਜੀ ਦਾ ਪੜ੍ਹਦੇ ਹਾਂ, ਐਸਾ ਕੰਮ ਮੂਲੇ ਨਾ ਕੀਚੇ ਚਿਤੰਤ ਪਛੋਤਾਈ ਹੈ, ਇਹ ਚਿੱਤ ਆਉਣ ਦੀ ਬਰਕਤ ਪ੍ਰਾਪਤ ਹੁੰਦੀ ਹੈ। ਸਤਿਗੁਰੂ ਰਹਿਮਤ ਕਰਨ ਸਾਡੇ ਹਿਰਦੇ ਵਿੱਚ ਵੀ ਉਸ ਦੀ ਯਾਦ ਵੱਸ ਸਕੇ, ਇਤਨੇ ਕੁ ਬਚਨ ਪ੍ਰਵਾਨ ਕਰਨੇ, ਹੋਈਆਂ ਬੇਅੰਤ ਗਲਤੀਆਂ ਭੁੱਲਾਂ ਨਾ ਚਿਤਾਰਨੀਆਂ। ਗੁਰੂ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।